ਪੰਜਾਬ ਦੇ ਵਿੱਚ ਦਿਨੋਂ ਦਿਨ ਲਗਾਤਾਰ ਜਿਹੜੇ ਹੈ ਉਹ ਮਾਹੌਲ ਖਰਾਬ ਹੋਣ ਵਾਲੇ ਆਸਾਰ ਦਿਖ ਰਹੇ ਨੇ ਹਰ ਪਾਸੇ ਹੀ। ਤੁਸੀਂ ਦੇਖ ਲਓ ਕਿ ਕਿਸ ਤਰੀਕੇ ਦੇ ਨਾਲ ਲੋਕ ਪਰੇਸ਼ਾਨ ਹੋ ਰਹੇ ਨੇ। ਇੱਕ ਪਾਸੇ ਜਦੋਂ ਇਹ ਵਾਰਦਾਤਾਂ ਹੁੰਦੀਆਂ ਨੇ, ਕਿਲਿੰਗ ਦੀਆਂ ਵਾਰਦਾਤਾਂ ਹੁੰਦੀਆਂ ਨੇ, ਗੋਲੀਆਂ ਚੱਲਣ ਦੀਆਂ ਵਾਰਦਾਤਾਂ ਹੁੰਦੀਆਂ ਨੇ, ਦੂਜੇ ਪਾਸੇ ਇਹ ਲੁੱਟਾਂ ਵੀ ਜਿਹੜੀਆਂ ਨੇ ਪੰਜਾਬ ਨੂੰ ਖਰਾਬ ਕਰ ਰਹੀਆਂ ਨੇ। ਹਰ ਪਾਸੇ ਲੁੱਟ ਖੋਹ, ਹਰ ਪਾਸੇ ਸਨੈਚਿੰਗ ਜਿਹੜੀ ਹੈ ਉਹ ਜਾਰੀ ਹੈ। ਤੁਹਾਨੂੰ ਇੱਕ ਖਬਰ ਦਿਖਾ ਰਹੇ ਹਾਂ ਬਟਾਲਾ ਤੋਂ ਸਾਹਮਣੇ ਆਈ ਹੈ, ਜਿੱਥੇ ਇੱਕ ਇਸ ਖਬਰ ਦੇ ਵਿੱਚ ਤੁਸੀਂ ਦੇਖੋ ਅਹਿਮੀਅਤ ਕੀ ਹੈ। ਇੱਕ ਪਰਿਵਾਰ ਜਿਹਨੇ ਪੂਰਾ ਜੀ ਤੋੜ ਕੇ, ਗਰੀਬ ਪਰਿਵਾਰ ਨੇ ਆਪਣਾ ਜੀ ਤੋੜ ਕੇ, ਆਪਣੇ ਆਪ ਨੂੰ ਸੰਭਾਲ ਕੇ, ਆਪਣੇ ਆਪ ਦੀ ਮਿਹਨਤ ਕਰਕੇ ਸੋਨਾ ਇਕੱਠਾ ਕੀਤਾ, 4 ਲੱਖ ਰੁਪਇਆ ਕੈਸ਼ ਇਕੱਠਾ ਕੀਤਾ, 35-40 ਲੱਖ ਰੁਪਏ ਦਾ ਘੱਟੋ ਘੱਟ ਸਮਾਨ ਜਿਹੜਾ ਸੀਗਾ ਉਹ ਘਰ ਦੇ ਵਿੱਚ ਰੱਖਿਆ ਹੋਇਆ ਸੀਗਾ ਵੀ ਆਪਣੀ ਧੀਆਂ ਦੇ ਵਿਆਹ ਕਰਾਂਗੇ, ਆਪਣੀ ਧੀਆਂ ਦੇ ਵਿਆਹ ਕਰਾਂਗੇ, ਆਪਣੇ ਚਾਹ ਪੂਰੇ ਕਰਾਂਗੇ, ਆਪਣੇ ਬੱਚਿਆਂ ਦੇ ਜਿਹੜੇ ਸੀਗੇ ਉਹ ਫਿਊਚਰ ਬਾਰੇ ਸੋਚਾਂਗੇ। ਪਰ ਕਿਸ ਨੂੰ ਪਤਾ ਸੀਗਾ ਕਿ ਜਦੋਂ ਮਾਤਾ ਦੇ ਮੱਥਾ ਟੇਕਣ ਜਾਣਗੇ ਤਾਂ ਪਿੱਛੋਂ ਚੋਰਾਂ ਨੇ ਉਹਨਾਂ 'ਤੇ ਹੀ ਹੱਥ ਸਾਫ਼ ਕਰ ਦੇਣਾ। ਜੀ ਹਾਂ, ਇਹ ਅਜਿਹੀ ਘਟਨਾ ਬਟਾਲਾ ਦੇ ਵਿੱਚ ਹੁੰਦੀ ਹੈ ਜਿੱਥੇ ਇੱਕ ਪਰਿਵਾਰ ਜਿਹੜਾ ਸੀਗਾ ਵੈਸ਼ਨੋ ਦੇਵੀ ਮੱਥਾ ਟੇਕਣ ਜਾਂਦਾ। ਹਾਲਾਂਕਿ ਉਹ ਆਪਣੇ ਚੰਗੇ ਕੰਮ ਲਈ, ਚੰਗੇ ਕਰਮਾਂ ਦੇ ਲਈ ਆਪਣੇ ਇਸ਼ਟ ਨੂੰ ਮੰਨਣ ਜਾਂਦੇ ਨੇ, ਮਾਤਾ ਦੇ ਮੱਥਾ ਟੇਕਣ ਜਾਂਦੇ ਨੇ, ਵੈਸ਼ਨੋ ਦੇਵੀ ਮੱਥਾ ਟੇਕਣ ਜਾਂਦੇ ਨੇ, ਅਤੇ ਉਸ ਤੋਂ ਪਿੱਛੇ ਹੀ ਘਰ ਦੇ ਵਿੱਚ ਜਦੋਂ ਵਾਪਸ ਆਉਂਦੇ ਨੇ, 3 ਦਿਨਾਂ ਬਾਅਦ ਜਦੋਂ ਘਰ ਦੇ ਵਿੱਚ ਵਾਪਸ ਆਉਂਦੇ ਨੇ ਵੈਸ਼ਨੋ ਦੇਵੀ ਮੱਥਾ ਟੇਕਣ ਤੋਂ ਬਾਅਦ, ਸ਼ਾਮ ਨੂੰ 8 ਵਜੇ ਜਦੋਂ ਘਰ ਵਾਪਸ ਆਉਂਦੇ ਨੇ ਅਤੇ ਗੇਟ ਖੋਲ੍ਹਦੇ ਨੇ ਅਤੇ ਗੇਟਾਂ ਦੇ ਵਿੱਚ ਕੁੰਡੀਆਂ ਜਿਹੜੀਆਂ ਸੀਗੀਆਂ ਉਹ ਲੱਥੀਆਂ ਹੋਈਆਂ ਸੀਗੀਆਂ, ਉਹ ਕੁੰਡੀਆਂ ਜਿਹੜੀਆਂ ਟੁੱਟੀਆਂ ਹੋਈਆਂ ਸੀਗੀਆਂ, ਭੱਜ ਕੇ ਜਿਹੜੇ ਮੈਂਬਰਸ ਨੇ, ਫੈਮਿਲੀ ਮੈਂਬਰਸ ਨੇ ਉਹ ਜਾ ਕੇ ਅਲਮੀਰਾ ਚੈੱਕ ਕਰਦੇ ਨੇ ਅਤੇ ਅਲਮੀਰਾ ਦੀਆਂ ਕੁੰਡੀਆਂ ਤੱਕ ਟੁੱਟੀਆਂ ਹੋਈਆਂ ਨੇ। ਕਿੱਡਾ ਵੱਡਾ, ਇਹਨਾਂ ਚੋਰਾਂ ਨੂੰ ਸ਼ਰਮ ਤੱਕ ਨਹੀਂ ਆਈ। ਤੁਸੀਂ ਦੱਸ ਦਿਓ ਕਿ ਕਿੱਥੇ ਇੱਕ ਹਿਊਮੈਨਿਟੀ ਰਹਿ ਗਈ ਹੈ, ਕਿੱਥੇ ਇੱਕ ਲੋਕਾਂ ਨੂੰ ਕਹਿ ਲਓ ਕਿ ਲੋਕਾਂ ਦੇ ਵਿੱਚ ਇਨਸਾਨੀਅਤ ਰਹਿ ਗਈ ਹੈ ਕਿ ਇੱਕ ਪਰਿਵਾਰ ਦੇ ਵਿੱਚ ਜੀ ਤੋੜ ਕੇ ਪੈਸਾ ਇਕੱਠਾ ਕਰਨਾ ਅਤੇ ਆਪਣੀ ਕੁੜੀਆਂ ਦੇ ਲਈ, ਵਿਆਹ ਦੇ ਲਈ ਜਿਹੜਾ ਪੈਸਾ ਇਕੱਠਾ ਕਰਨਾ, ਉਹਨਾਂ ਦੇ ਜਿਹੜੇ ਜ਼ੇਰ ਜ਼ੇਵਰਾਤ ਨੇ, ਉਹਨਾਂ ਦੇ ਜਿਹੜੇ ਸੋਨਾ ਹੈ ਜਿਹੜਾ, ਤੁਹਾਨੂੰ ਦੱਸ ਦਈਏ ਕਿ ਕਿੰਨਾ ਕੁ ਤੋਲਾ ਸੋਨਾ ਹੋ ਸਕਦਾ ਹੈ। 35-40 ਲੱਖ ਰੁਪਏ ਦਾ ਘੱਟੋ ਘੱਟ ਨੁਕਸਾਨ ਜਿਹੜਾ ਸੀਗਾ ਉਹ ਪਰਿਵਾਰ ਦੱਸ ਰਿਹਾ ਕਿ ਸਾਡਾ ਖੋਇਆ। ਇਸ ਨੁਕਸਾਨ ਦੀ ਭਰਪਾਈ ਕੌਣ ਕਰੇਗਾ? ਇਸ ਭਰਪਾਈ ਦੇ ਵਿੱਚ ਜੋ ਮਿਹਨਤ ਲੱਗੀ ਹੈ, ਇਸ ਪੈਸਿਆਂ ਦੇ ਵਿੱਚ ਜਿਹੜਾ, ਇਸ ਨੋਟਾਂ ਦੇ ਵਿੱਚ ਜਾਂ ਇਸ ਸੋਨੇ ਦੇ ਵਿੱਚ ਕਮਾਉਣ ਦੇ ਵਿੱਚ ਜੋ ਮਿਹਨਤ ਲੱਗੀ ਹੈ, ਉਸ ਦੀ ਭਰਪਾਈ ਕੌਣ ਕਰੇਗਾ? ਇਹ ਚੋਰਾਂ ਨੂੰ ਇੰਨੀ ਤੱਕ ਸ਼ਰਮ ਨਹੀਂ ਆਈ ਕਿ ਕਿਸੇ ਦੀ ਧੀ ਭੈਣ ਦੇ ਹੱਕ ਦੇ ਵਿੱਚ ਆਉਂਦਾ ਸੋਨਾ ਜਿਹੜਾ ਸੀਗਾ ਉਹ ਲੁੱਟ ਲਿਆ ਜਾਵੇ ਜਾਂ ਉਹਨੂੰ ਕੰਗਾਲ ਕਰ ਦਿੱਤਾ ਜਾਵੇ। ਕਿੱਡੀ ਕੁ ਸ਼ਰਮਨਾਕ ਗੱਲ ਹੈ! ਤੁਹਾਨੂੰ ਇੱਕ ਹੋਰ ਵੱਡੀ ਇਹਦੇ ਵਿੱਚ ਅਪਡੇਟ ਦਿੰਦੇ ਹਾਂ ਕਿ ਬੱਚਿਆਂ ਦੇ ਗੁੱਲਕ, ਜਿਹੜੇ ਛੋਟੇ ਛੋਟੇ ਬੱਚਿਆਂ ਦੇ ਗੁੱਲਕ ਹੁੰਦੇ ਨੇ, ਉਹ ਗੁੱਲਕ ਤੱਕ ਵੀ ਇਹਨਾਂ ਨੇ ਛੱਡੇ ਨਹੀਂ, ਇਹ ਚੋਰਾਂ ਨੇ ਉਹ ਗੁੱਲਕ ਤੱਕ ਨੂੰ ਵੀ ਚੋਰੀ ਕਰ ਲਿਆ। ਕਿੰਨੀ ਕੁ ਸ਼ਰਮਨਾਕ ਗੱਲ ਹੈ, ਕਿੰਨੀ ਕੁ ਬੇਗੈਰਤ ਗੱਲ ਹੈ ਕਿ ਕਿਉਂਕਿ ਇੱਕ ਮਿਹਨਤੀ ਪਰਿਵਾਰ ਜਿਹੜਾ ਆਪਣਾ ਪਰਿਵਾਰ ਪੈਸੇ ਇਕੱਠੇ ਕਰਕੇ ਆਪਣੇ ਫਿਊਚਰ ਬਾਰੇ ਸੋਚਦਾ ਹੈ, ਆਪਣੇ ਬੱਚਿਆਂ ਬਾਰੇ ਸੋਚਦਾ ਹੈ, ਆਪਣੀ ਧੀਆਂ ਭੈਣਾਂ ਬਾਰੇ ਸੋਚਦਾ ਹੈ, ਅਤੇ ਉਹ ਪਰਿਵਾਰ ਨੂੰ ਮਿਹਨਤ ਦਾ ਫਲ ਕੀ ਮਿਲਦਾ? ਚੋਰ ਜ਼ੀਰੋ ਕਰ ਜਾਂਦੇ ਨੇ, ਚੋਰ ਉਹਨਾਂ ਦਾ ਨੁਕਸਾਨ ਕਰ ਜਾਂਦੇ ਨੇ, ਚੋਰ ਉਹਨਾਂ ਦੀ ਸਾਰੀ ਮਿਹਨਤ ਨੂੰ ਖਰਾਬ ਕਰ ਜਾਂਦੇ ਨੇ। ਅਜਿਹੀ ਘਟਨਾ ਤੁਹਾਨੂੰ ਅਸੀਂ ਖਬਰ ਦੇ ਰਾਹੀਂ ਦਿਖਾ ਰਹੇ ਹਾਂ, ਕਿਉਂਕਿ ਹਰ ਪਾਸੇ ਆਪਣਾ ਸੇਫਟੀ ਜ਼ਰੂਰੀ ਹੁੰਦੀ ਹੈ, ਆਪਣੇ ਘਰ ਦੀ ਸਿਕਿਉਰਿਟੀ ਜ਼ਰੂਰੀ ਹੁੰਦੀ ਹੈ। ਹਾਲਾਂਕਿ ਅੱਜ ਕੱਲ੍ਹ ਤਾਂ ਲੋਕ ਅਜਿਹਾ ਕਰਨ ਲੱਗ ਗਏ ਕਿ ਆਪਣੇ ਘਰਾਂ ਦੇ ਵਿੱਚ ਇੱਕ ਨਾ ਇੱਕ ਮੈਂਬਰ ਜ਼ਰੂਰ ਛੱਡ ਕੇ ਜਾਂਦੇ ਨੇ ਤਾਂ ਕਿ ਘਰ ਦੀ ਰਖਵਾਲੀ ਹੋ ਸਕੇ, ਤਾਂ ਕਿ ਘਰ ਦੇ ਵਿੱਚ ਚੋਰ ਨਾ ਵੜ ਜਾਣ। ਇੰਨੀ ਰਖਵਾਲੀ ਕਰਨ ਦੀ ਲੋੜ ਹੀ ਕਿਉਂ ਹੈ? ਅਗਰ ਪੂਰੇ ਪਰਿਵਾਰ ਨੂੰ ਅਗਰ ਇਕੱਠੇ ਹੀ ਕਿਤੇ ਜਾਣਾ ਹੋਵੇ ਤਾਂ ਕੀ ਸੇਫ ਨਹੀਂ ਹੋ ਸਕਦਾ? ਕਿ ਇਹ ਚੋਰ ਇੰਨਾ ਨਹੀਂ ਸੋਚ ਸਕਦੇ ਕਿ ਕਿਸ ਤਰੀਕੇ ਦੇ ਨਾਲ ਇੱਕ ਘਰ ਦੇ ਵਿੱਚ ਚੋਰੀ ਕੀਤੀ ਜਾਵੇ ਅਤੇ ਗੁੱਲਕ ਤੱਕ ਨੂੰ ਨਾ ਛੱਡਿਆ ਜਾਵੇ? ਗੁੱਲਕ ਜਿਹੜੇ ਬੱਚਿਆਂ ਦੇ ਗੁੱਲਕ ਤੱਕ ਸੀਗੇ ਉਹਨਾਂ ਨੂੰ ਵੀ ਨਹੀਂ ਛੱਡਿਆ ਗਿਆ, ਉਹਨਾਂ ਦਾ ਵੀ ਨੁਕਸਾਨ ਕੀਤਾ ਗਿਆ, ਉਹਨਾਂ ਨੂੰ ਵੀ ਚੋਰੀ ਕਰਕੇ ਲੈ ਕੇ ਗਿਆ। ਭਾਅ ਜੀ, ਆਪਾਂ ਤਾਂ ਸ਼ਨੀਵਾਰ ਮੰਦਿਰੇ ਗਏ, ਇੱਥੋਂ 6:30 ਵਜੇ ਵੈਸ਼ਨੋ ਦੇਵੀ
ਤੇ ਹੁਣ ਸੋਮਵਾਰ ਸ਼ਾਮ ਨੂੰ 7:30 ਵਜੇ ਅਸੀਂ ਘਰ ਪਹੁੰਚੇ ਹਾਂ। ਘਰ ਦਾ ਜਿਹੜਾ ਮੇਨ ਸੀ ਗੇਟ ਜਿਹੜਾ ਸੀਗਾ ਉਹ ਤੇ ਬੰਦ ਵਾ, ਪਰ ਜਿਹੜਾ ਸਾਡਾ ਉੱਪਰਲਾ ਦਰਵਾਜ਼ਾ ਨਾ ਘਰ ਦੇ ਉੱਪਰ ਜਿਹੜਾ ਜਾ ਕੇ, ਉਹ ਦਰਵਾਜ਼ਾ ਟੁੱਟਿਆ ਹੋਇਆ ਸੀਗਾ। ਉਹਦੇ ਵਿੱਚੋਂ ਕਿਸੇ ਨੇ ਆ ਕੇ ਤੇ ਸਾਡਾ ਸਾਰਾ ਹੀ ਜੋ ਵੀ ਸਾਡਾ ਕੈਸ਼ ਸੀਗਾ, ਸਾਡਾ ਸੋਨਾ ਤੇ ਜਿੰਨਾ ਵੀ ਚਾਂਦੀ ਚੁੰਦੀ ਜੋ ਵੀ ਸਾਰਾ ਸਮਾਨ ਸੀ ਸਾਰਾ ਕੁਝ ਲੈ ਗਏ ਜੀ। ਸਾਨੂੰ ਪਤਾ ਹੁਣ 7:30 ਵਜੇ ਆ ਕੇ ਲੱਗਾ ਇਹਦੇ ਬਾਰੇ, ਕਿੰਨਾ ਨੁਕਸਾਨ ਤੇ ਇਹਦੀ ਲਿਸਟ ਆਪਾਂ ਬਣਾਈ ਆ। ਲਗਭਗ ਕੋਈ ਨੁਕਸਾਨ ਹੋਣਾ ਵਾ ਜਿਹੜਾ ਹੋਇਆ ਵਾ, ਸੋਨਾ ਚਾਂਦੀ ਤੇ ਜਿਹੜਾ ਕੈਸ਼ ਹੈਗਾ ਸਾਰਾ ਪਾ ਕੇ, ਤੇ ਸਾਡਾ ਦੋ ਬੇਟੀਆਂ ਸੀ ਉਹਨਾਂ ਦਾ ਵੀ ਬਣਾਇਆ ਹੋਇਆ ਸੀਗਾ, ਤੇ ਸਾਡੇ ਵਿਆਹ ਦਾ ਵੀ ਅੱਜ ਤੋਂ 25 ਸਾਲ ਪਹਿਲਾਂ 24 ਸਾਲ ਪਹਿਲਾਂ ਦਾ ਵਿਆਹ ਦਾ ਜਿੰਨਾ ਵੀ ਸੋਨਾ ਸੀ ਉਹ ਸਾਰਾ ਇੱਥੇ ਹੀ ਪਿਆ ਸੀਗਾ। ਕੁੱਲ ਮਿਲਾ ਕੇ ਸਾਰਾ ਜਿਹਾ ਐਸਟੀਮੇਟ ਲਾਈਏ ਲਗਭਗ 35 ਲੱਖ ਪਲੱਸ ਦਾ ਨੁਕਸਾਨ ਹੈਗਾ, ਕੈਸ਼ 4.5 ਲੱਖ ਸੀ ਜੀ। ਇਲੈਕਸ਼ਨ ਦੇ ਵੀ ਗਏ ਸੀ ਆਪਾਂ, ਸ਼ੱਕ ਦੇ ਬਾਰੇ ਮੇਰੀ ਸਮਝ ਤੋਂ ਬਾਹਰ ਹੈ, ਅਸਲ ਸਾਰਾ ਕੁਝ ਕੁਝ ਸਮਝ ਨਹੀਂ ਲੱਗਦੀ ਪਈ। ਕਿਹੜਾ ਮੁਹੱਲਾ ਪੈਂਦਾ ਹੈ? ਬਜਾਜਾਂ ਗਲੀ ਪਾਂਧਿਆਂ ਚੌਂਕ ਬਟਾਲਾ। ਇਹ ਥੱਲਿਓ ਤੇ ਸਾਡਾ ਜਿਹੜਾ ਮੇਨ ਵੀ ਬੂਹਾ ਹੈਗਾ ਉੱਥੋਂ ਤੇ ਆਏ ਨਹੀਂ ਗਏ ਜੀ, ਉੱਪਰਲਾ ਬੂਹਾ ਟੁੱਟਿਆ ਇਹਦਾ ਮਤਲਬ ਬਾਹਰੋਂ ਕਿਸੇ ਪਾਸਿਓਂ ਹੀ ਆਏ ਆ। ਸੀਸੀਟੀਵੀ ਵੀਡੀਓ ਕੋਈ ਨਹੀਂ ਦੇਖੀ ਅਜੇ ਤੱਕ ਆਪਾਂ, ਕੰਪਲੇਂਟ ਪੁਲਿਸ ਵਾਲਿਆਂ ਨੂੰ ਕੀਤੀ ਸੀਗੀ ਤੇ ਉਹ ਆ ਕੇ ਤੇ ਸਾਰਾ ਲਿਖ ਕੇ ਲੈ ਗਏ ਸਾਰਾ ਕੁਝ। ਕਿਹੜਾ ਥਾਣਾ ਪੈਂਦਾ? ਸਿਟੀ ਥਾਣਾ। ਚੋਰੀ ਹੋ ਗਈ ਸਾਡੇ ਘਰ ਦੇ ਵਿੱਚ, ਸਭ ਕੁਝ ਚੁੱਕ ਕੇ ਲੈ ਗਏ ਨੇ, ਕੀ ਕੀ ਗਿਆ ਸਰ? ਸੋਨੇ ਦੀ ਸੋਨਾ ਵੀ ਸਾਰਾ ਲੈ ਗਏ, ਚਾਂਦੀ ਵੀ ਲੈ ਗਏ, ਕੈਸ਼ ਵੀ ਲੈ ਗਏ ਸਾਰਾ, ਈਵਨ ਕਿ ਬੱਚਿਆਂ ਦੇ ਬੁਲਕਾਂ ਦੇ ਪੈਸੇ ਦੇ ਵੀ ਲੈ ਗਏ ਆ। ਕਿੰਨਾ ਨੁਕਸਾਨ? ਲਗਭਗ 35-40 ਲੱਖ ਦਾ ਨੁਕਸਾਨ ਹੋ ਗਿਆ। ਕਿੱਥੇ ਗਏ? ਅਸੀਂ ਵੈਸ਼ਨੋ ਦੇਵੀ ਗਏ ਸੀ ਆ ਕੇ, ਅਸੀਂ 7:30 ਵਜੇ ਜਦੋਂ ਸੋਮਵਾਰ ਘਰ ਆਏ ਤੇ ਸਾਨੂੰ ਪਤਾ ਲੱਗਾ ਸਭ ਕੁਝ ਖਿਲ ਰਿਹਾ ਹੋਇਆ। ਕੈਸ਼ ਕਿੰਨਾ? ਕੈਸ਼ 4.5-5 ਲੱਖ ਸੀ। ਬਾਕੀ ਗਏ? ਹਾਂਜੀ ਹਾਂਜੀ ਕੀਤੀ ਹੈ ਸਰ। ਮੇਰੀ ਇਹ ਵਾਰਡ ਦੇ ਵਿੱਚ ਘਰ ਪੈਂਦਾ, ਦੇਖੋ ਮਹੱਲਿਆਂ ਦੇ ਵਿੱਚ ਘਰ ਹੈ ਪਰ ਫਿਰ ਵੀ ਇਹੋ ਜਿਹੀ ਘਟਨਾਵਾਂ ਕਿ ਉਹਨਾਂ ਦੇ ਵਿਚਾਰਿਆਂ ਦਾ ਸਾਰਾ ਹੀ ਕੁਝ ਘਰ ਦੇ ਵਿੱਚ ਲੁੱਟ ਖੋ ਗਈ। ਮਤਲਬ ਕਿ 2 ਦਿਨ ਵਾਸਤੇ ਵੀ ਘਰੋਂ ਕੋਈ ਜਾ ਰਿਹਾ ਤੇ ਅੱਜ ਸੇਫ ਨਹੀਂ ਹੈਗਾ, ਕੋਈ ਘਰਾਂ ਤੋਂ ਕੋਈ ਰਸਤਾ ਨਹੀਂ, ਕੋਈ ਸਿਰਫ ਇੱਕ ਨਾਲ ਦੇ ਬੰਨੇ ਖੋਲਾ ਪੈਂਦਾ ਵਾ। ਸਾਨੂੰ ਇਹੀ ਸ਼ੱਕ ਲੱਗ ਰਿਹਾ ਕਿ ਨਾਲ ਦੇ ਖੋਲੇ ਤੋਂ ਲੋਕੀ ਜਿਹੜੇ ਆ ਕੋਈ ਇਧਰ ਇਹਨਾਂ ਦੇ ਘਰ ਅੰਦਰ ਵੜਿਆ, ਕਿਉਂਕਿ ਉੱਪਰ ਦਾ ਦਰਵਾਜ਼ਾ ਵੀ ਦੇਖਿਆ ਗਿਆ ਉਹ ਤੋੜਿਆ ਦਾ ਵਾ, ਅੰਦਰ ਆ ਕੇ ਉਹਨਾਂ ਦਾ ਕਾਫੀ ਕੈਸ਼ ਜੁਐਲਰੀ ਜੋ ਬੱਚਿਆਂ ਵਾਸਤੇ ਵੀ, ਕਿਉਂਕਿ ਬੱਚੇ ਸਿਆਣੇ ਹੋ ਗਏ ਕੁੜੀਆਂ ਉਹਨਾਂ ਦੀਆਂ, ਉਹਨਾਂ ਲਈ ਕੈਸ਼ ਜੁਐਲਰੀ ਕੀਤੀ ਦੀ ਸੀ, ਉਹ ਸਾਰਾ ਕੁਝ ਹੀ ਲੁੱਟ ਖੋ ਹੋ ਗਈ ਵਿਚਾਰਿਆਂ ਦਾ। ਬਹੁਤ ਬੁਰਾ ਹਾਲ ਆ। ਮੈਂ ਤੇ ਤੁਹਾਡੇ ਮਾਧਿਅਮ ਤੋਂ ਵੀ ਐਸਐਸਪੀ ਸਾਹਿਬ ਨੂੰ ਵੀ ਅਪੀਲ ਹੀ ਕਰਾਂਗਾ, ਦੇਖੋ ਕਿ ਇੱਥੇ ਲਾਗੇ ਛਾਗੇ ਜੇ ਕਹੀਏ ਨਾ ਤੇ ਮੱਲੇ ਮੇਰਾ ਨਾਲ ਦਾ ਘਰ ਆ ਬਿਲਕੁਲ ਇਹਨਾਂ ਦੇ, ਸਾਨੂੰ ਵੀ ਨਹੀਂ ਪਤਾ ਕਿ ਗਏ ਰਿਹਾ, ਜੇ ਕਹੀਏ ਕਿ ਲੈ ਵੀ ਕਿ ਰੋਲਾ ਪਿਆ ਦਾ ਕੁਝ ਪੁੱਛਾ ਉਹ ਵੀ ਨਹੀਂ ਹੈ। ਕਿੰਨੇ ਵਜੇ ਵਾਰ ਦਾ ਪਤਾ? ਸਰ ਹੁਣ ਦੇਖ ਰਹੇ ਹਾਂ ਕਿਉਂਕਿ 2 ਦਿਨ ਦਾ ਗੈਪ ਆ, ਹੁਣ ਕੋਈ ਲਾਗੇ ਛਾਗੇ ਅਗਰ ਕੋਈ ਸੀਸੀਟੀਵੀ ਚ ਕੋਈ ਅਨਐਕਸਪੈਕਟਡ ਬੰਦਾ ਦਿਖਦਾ ਉਹਦੇ ਚ ਦੇਖਣ ਦੀ ਕੋਸ਼ਿਸ਼ ਕਰ ਰਹੇ ਹਾਂ,